ਹੋਵੋਗੇ ਤੇ ਆਪਾਂ ਹੀ ਪੂਰੇ ਘੈਂਟ ਆ ਤੇ ਬਲੌਗਰ ਐਡ ਕਰ ਰਿਹਾ ਸੀ ਮੈਂ ਇੱਕ ਬਲੌਗ ਤੇ ਲੋਈ ਮੁੰਡੇ ਅੱਜ ਕਹਿੰਦੇ ਬਾਹਣ ਪਾਉਣਾ ਆ ਸਦਾ ਟ੍ਰੈਕਟਰ ਸਵਰਾਜ 55 ਤੇ ਬਾਉਣੇ ਬਹਾਣਾ ਜੇ ਚਾ ਦੇਖਦੇ ਹਾਂ ਕੀ ਬਣਦਾ ਤੇ ਲੋਏ ਮੁੰਡੇ ਉਹਦੇ ਲਈ ਵਰਕਸ਼ਾਪ ਤੇ ਆ ਗਏ ਆਪਾਂ ਉਹਦੇ ਉਹਦੇ ਫੋੜਦੇ ਹੋ ਬ੍ਰੇਕ ਸਹੀ ਸੀ ਤੇ ਹੁਣ ਪਾਉਣਾ ਪਿਆ ਤੇ ਸ਼ੌਕ ਦਾ ਸੂਪ ਪਾਈਆਂ ਬਦਲਾਉਣੇ ਆ ਗਏ ਤੇ ਮੁੰਡੇ ਇੱਕ ਜੀ ਹੈ ਆ ਸੀ ਦੱਸੋ ਕੀ ਹੈ ਵੀ ਹੌਲੀ ਸੀ ਠੀਕ ਹੈ ਦੇਖਦੇ ਹਾਂ ਕੌਣ ਕੌਣ ਸਹੀ ਆ ਦਿੰਦਾ ਕਮੈਂਟ ਕਰਕੇ ਦੱਸਿਓ ਮੈਂ ਫਿਰ ਅਗਲੇ ਵਲੌਗ 'ਚ ਠੀਕ ਆ ਆਓ ਤੁਸੀਂ ਦੱਸਿਓ ਕਾਹਦੀ ਹੈ ਠੀਕ ਆ ਮੁੰਡਿਓ ਅਤੇ ਫੋਨ ਲਾਏ ਸੀ ਬਾਈ ਕਹਿੰਦਾ ਆਉਣਾ ਮੈਂ ਚਲੋ ਕਰਾਉਣਾ ਫਿਰ ਸਰ ਤੁਸੀਂ ਉਹ ਡੈਡੀ ਸਾਡਾ ਅਤੇ ਚਲੋ ਚਾਰਜਰ ਤਾਂ ਨਾ ਨਹੀਂ ਹੁੰਦਾ ਆਪਣੇ ਯਾਰ ਜਿੱਦੇ ਦਾ ਲਿਆ ਤਾਂ ਕਦੇ 80% ਤੋਂ ਉੱਪਰ ਨਹੀਂ ਟਪਾਇਆ ਹੈਗਾ ਫੋਨ ਬਹੁਤ ਔਖਾ ਹੋਈ ਚਾਰਜ ਕਰਨਾ ਮੈਂ ਲਓ ਮੁੰਡਿਓ ਖੋਲ੍ਹਤੀ ਸੋ ਬਾਈ ਨੇ ਕਰ ਸਰ ਬਸ ਬਸ ਆਹੀ ਸੋ ਆਹੀ ਤੋਂ ਅੱਗੇ ਲਿਆਉਣਾ ਪਾ ਮੋਬ ਸਾਰੇ ਨੂੰ ਪਾਣੀ ਮੁਕਾ ਲਿਆ ਬੈਟਰੀ ਫੋਨ ਦੀ ਲੋ ਆ ਗਈ ਠੀਕ ਆ ਯਾਰ ਜਿੰਨਾ ਕੁ ਬਣਿਆ ਉਨਾ ਕੁ ਬਣਾਓ ਬੁਲਾਓ ਯਾਰ 28% ਹੀ ਆ ਚਲੋ ਦਿਖਾਵਾਂ ਤੁਹਾਨੂੰ ਅਤੇ ਇੱਕ ਦਿਨ ਆ ਵੀ ਯਾਰ ਗੱਡੀ ਦੇ ਅੰਦਰੋਂ ਸਾਫ ਕਰਾ ਕੇ ਲਿਆਵਾਂਗੇ ਔਰ ਆਵਾਂਗੇ ਹੱਥਾਂ ਕੱਢਦਾ ਹੈ ਲਓ ਜੀ ਮੁੰਡਿਓ ਕਰਾ ਲਈ ਸਰਵਿਸ ਅਤੇ ਕੂਲੈਂਟ ਜੀ ਕੂਲੈਂਟ ਹੀ ਪਾ ਤਾ ਉਹ 'ਚ ਅਤੇ ਬਾਲਟੀ ਫਰੀ ਬਾਲਟੀ ਮਿਲਤੀ ਮੁੰਡਿਓ ਆਪਾਂ ਨੂੰ ਹੈਂ ਅਤੇ ਚਲੋ ਚੱਲਦੇ ਹਾਂਗੇ ਹੁਣ ਘਰ ਡੈਡੀ ਆਉਂਦਾ ਗਾ ਉਹ ਲੈਣ ਗਿਆ ਪਿੰਨਾ ਹੀ ਆ ਘੱਟ ਸੀ ਯਾਰ ਉਹ ਫੜਾ ਕਹਿੰਦੇ ਮਾਲੋ ਬੈਠੋ ਮਸਤ ਹੈ ਚੱਲਦੇ ਮੁੰਡੇ ਉਹ ਘਰੇ ਫਿਰ ਚਾਰਜ ਚੂਰਜ ਲਾ ਕੇ ਫੋਨ ਬਾਹਰ ਨਾ ਚੱਲਾਂਗੇ ਮੁੰਡੇ ਅੱਜ ਆਪਾਂ ਮਾਂ ਨਾਲ ਸਾਗਾ ਕੱਲ੍ਹ ਯਾਰ ਬਾਹਣ ਬਾਇਆ ਆਏ ਸੀ ਉਹ ਦੂਜਾ ਰੈਂਟ ਲੈ ਗਏ ਮੇਰੇ ਚਾਚੂ ਨੇ ਅਤੇ ਅੱਜ ਆਪਾਂ ਸਾਗਾ ਲਾਵਾਂਗੇ ਪਹਿਲਾਂ ਹੁਣ ਡੈਡੀ ਆਉਂਦਾ ਫਿਰ ਮੈਂ ਘੰਟੇ ਨੂੰ ਜਾਂ 2 ਘੰਟੇ ਨੂੰ ਰੋਟੀ ਲੈ ਜਾਊਂ ਡੈਡੀ ਦੀ ਮੈਂ ਉਦੋਂ ਬਾਹੂੰਗਾ ਅਤੇ ਦਿਖਾਉਣੇ ਆ ਤੁਹਾਨੂੰ ਸਰਵਿਸ ਕਰਾਈ ਹੋਈ ਹੈ ਸਰਵਿਸ ਤੂੰ ਤਾਂ ਬੁੱਕ ਵੀ ਹੁੰਦਾ ਹੈ ਅਤੇ ਚਲੋ ਦਿਖਾਵਾਂਗੇ ਤੁਹਾਨੂੰ ਕਿਆ ਬਣਦਾ ਹੈ ਸੱਤਾ ਸੱਤਾ ਬਹਾਦਰ ਚਲੋ ਕਰਦੇ ਸਟਾਰਟ ਰੱਬ ਦਾ ਨਾਮ ਸਟਾਰਟ ਲੈ ਕੇ ਰੱਬ ਦਾ ਨਾਮ ਕਲੱਚ ਚਾਬੀ ਕੱਢੇ ਗੇਰ ਚੱਕਲੀ ਡੈਡੀ ਦੀ ਅਤੇ ਚੱਲਿਆ ਖੇਤ ਅਤੇ ਐਂ ਪਾਵਰ ਬੈਂਕ ਖੇਤ 'ਚ ਹੁੰਦੀ ਆ ਹੁਣ ਤਾਂ ਆਈਫੋਨ ਅਤੇ ਹੁਣ ਤੁਹਾਨੂੰ ਖੇਤ ਚੱਲ ਕੇ ਪਾਵਰ ਬੈਂਕ ਦਿਖਾਊਂ ਵਾਲੀ ਵੱਡੀ ਆ ਮੇਰੇ ਕੋਲ 4000 mAh ਦੀ ਆ ਇਹ ਅੱਡੀ ਅੱਡੀ ਵੱਡੀ ਆ ਦੇਖੋ ਅੱਡੀ ਵੱਡੀ ਦਿਖਾਊਂ ਤੁਹਾਨੂੰ ਵਾਲੀ ਘੈਂਟ ਆ ਪਾਵਰ ਬੈਂਕ ਹੀ ਨਿੱਘੀ ਜੀ ਖੇਤ ਚੱਲੀ ਪਹਿਲਾਂ ਐਂ ਕਹਿੰਦੇ ਮੁੜੇ ਉਹ ਚੱਲੀ ਜਾਂਦਾ ਹੈ ਕੰਮ ਜ਼ੋਰਾਂ ਸ਼ੋਰਾਂ ਦੇ ਚੱਲਦਾ ਅਤੇ ਚਲੋ ਫੜਦਾ ਟਰੈਕਟਰ ਜਿਹੜੀ ਹੈਂ ਜੀ ਲੈਣੇ ਚੱਲਦਾ ਐਂ ਤਾਂ ਚੇਤਾ ਮੁੰਡੇ ਉਹ ਆ ਗਿਆ ਆਪਣੇ ਕੋਲ ਕਹਿੰਦੇ ਟਰੈਕਟਰ ਆ ਗਿਆ ਜੀ ਆ ਗਿਆ
ਗੁੱਟ ਦਰਦ ਕਰੀ ਜਾਂਦਾ। ਚਲੋ ਦੇਖਦੇ ਹਾਂ ਕੀ ਬਣਦਾ, ਦਿਖਾਵਾਂਗੇ ਤੁਹਾਨੂੰ। ਥੋੜੇ ਸ਼ਰੀਫ ਚ ਜੀ ਉੱਧਰ ਨੇ ਹੈਂ ਸ਼ਰੀਫ ਚ ਜੀ ਕੀ ਬੀਜਿਆ ਦੇਖ ਲੈ ਕੀ ਹੈ। ਮੈਨੂੰ ਨਹੀਂ ਪਤਾ, ਤੂੰ ਦੱਸ। ਚੌੜੇ ਅੱਛਾ ਭਿੰਡੀ ਆ ਜਾ ਚਾ, ਇੱਕ ਚੀਜ਼ ਦਿਖਾਵਾਂ ਤੈਨੂੰ। ਆ ਦੇ ਨਿੱਕੀ ਜੀ ਆ ਹਨਾ, ਇਹ ਤਾਂ ਦੋਸਤ ਕੇ ਪਈ ਸੀ ਮਜ਼ਾਕਾ ਹੈ, ਕਹਿ ਵਾਧੂ ਗਈ ਆ ਦੇ ਗਿਆ। ਲਓ ਵੀ ਮੁੰਡੇ ਹੁਣ ਆਪਾਂ ਮਾਰ ਲੱਗ ਗਏ ਇੱਧਰਲੇ ਬਾਣਾ ਜੋ, ਅਤੇ ਦਿਖਾਉਣਾ ਤੁਹਾਨੂੰ ਕੀ ਬਣਦਾ ਹੈ। ਗਾਣੇ ਸੁਣੋ ਰਿਹਾ ਜੀ ਮੈਂ ਤਾਂ ਬਾਲਾ ਗਿੱਲਾ ਯਾਰ, ਸਲਿੱਪਾਂ ਹੀ ਕਰਦਾ, ਬਹੁਤ ਔਖਾ ਬਣਾ ਦੇ। ਟੋਈ ਟੋਈ ਕਿਤੇ ਮੈਨੂੰ ਉੱਥੇ ਜੈ ਤੋਂ ਬਾਅਦ ਬਹੁਤ ਔਖਾ ਬਣਾਉਂਦਾ, ਤਾਂ ਕਰਕੇ ਬਲੌਗ ਨਹੀਂ ਵੱਧ ਰਿਹਾ। ਉਹ ਦੂਜੇ ਜਾਂਦਾ ਲੀਵਰ ਪਰ ਵਿਚਾਲੇ ਜਿਹੇ ਨੇ, ਜਿੱਥੇ ਬਾਣ ਬਾਲਾ ਸੁੱਕਾ ਹੋਇਆ ਉੱਥੇ ਦੋਵੇਂ ਲੀਵਰ ਥੱਲੇ ਛੱਡ ਕੇ ਬਣਾਵਾਂਗੇ। ਠੀਕ ਆ, ਅੱਜ ਬਾਣ ਯਾਰ ਥੋੜ੍ਹਾ ਗਿੱਲਾ ਨਹੀਂ, ਬਸ ਕਿੱਥੇ ਕੱਢ ਜੇ ਫਿਰ ਔਖਾ ਹੋ ਜੂ। ਉੱਤਰ ਗਏ ਏ ਟਰੈਕਟਰ, ਤੇਲ ਘਾਟਾ ਚਾਚਾਵਾਂ ਲੱਗ ਗਿਆ। ਖੜਾ ਹੈ ਉਹ ਵੀ ਮੁੰਡਿਓ, ਕਰਤਾ ਪੈਕ ਸਾਗਾ ਅਤੇ ਚੱਲਿਆ ਹੁਣ ਘਰੇ, ਅਤੇ ਘਰੇ ਦੇਖਦੇ ਕੀ ਬਣਦਾ। ਮੁੰਡਿਓ ਤੇਲ ਪਾਉਣ ਆ ਗਏ ਸੀ, ਫੁੱਲ ਕਰਾਉਣੀ ਇਹ 'ਚ ਸਹੀ ਗੱਲ ਆ। ਇਹਦੇ ਮੀਟਰ ਜੇ ਖੁੱਲ੍ਹੇ ਹੋਏ ਨੇ ਨਾ, ਤੇਲ ਪਾ ਕੇ ਲਏ ਸੀ ਅਤੇ ਹੁਣ ਬੀਜਣੇ ਚੜੀਏ ਆਪਾਂ ਮਾੜੇ ਜਿਹਾ ਉਹ ਰੇਜਾ ਚ ਪਵਾ ਦਈਏ, ਫਿਰ ਮੈਂ ਤਾਂ ਘਰ ਹੀ ਰਹੂੰ, ਆਪ ਹੀ ਪਾ ਜਾਣਗੇ ਡੈਡੀ ਹੁਣੀ। ਲਸਣ ਮਾੜੇ ਨੇ, ਓ ਲਸਣ ਮਾੜੇ ਨੇ ਮਹਾ ਚਾਚਾ, ਲੈ ਮੈਂ ਖੜਾ ਕਰਾਂ ਸਟੰਟ ਕਰ ਦੇ। ਕਿਸੇ ਦੀ ਬਾਹ ਲੈਂਦੀ ਤੇ ਟਰੈਕਟਰ ਦੀ ਕਰਾ ਦਿੱਤੀ ਟੈਂਕੀ ਫੁੱਲ, ਰੇਹ ਚੱਕ ਲਈਏ ਨਾ, ਫਿਰ ਆਪਾਂ ਤਾਂ ਕਰਾਂਗੇ ਰੈਸਟ ਘਰੇ। ਕਿੱਥੇ ਹੈ ਕਿੱਥੇ ਆ ਰਹੀ ਓ ਆ ਚਿੱਟੇ ਪੂਰੀਆਂ ਜਾ ਕਿਹੜਾ ਹੈ ਆ ਵਾਲਾ ਚੱਕ ਕੇ ਉੱਧਰ ਸੱਟ ਵੱਜ ਪਿਆ ਇੱਧਰੋਂ ਫੜਾ, ਇਹ ਤਾਂ ਹੌਲੀ ਹੈ
ਸਟਾਰਟਰ ਵੀ ਲਾ ਰੱਖਿਆ ਵੀ ਕਿਤੇ ਚੱਕ ਨਾ ਆਏ ਤੇ ਕਾਮਾ ਹੁਣ ਤੇ ਹੁਣ ਆਪਾਂ ਧੌਣ ਲੱਗੇ ਹਾਂ ਗੱਡੀ ਤੇ ਗੱਡੀ ਬਹੁਤ ਲੱਬੜੀ ਹੋਈ ਹੈ ਬਿਲਕੁਲ ਟਾਈਮ 'ਚ ਬਸ ਆਈ ਕੁਛ ਕਰ ਲੈਂਦੇ ਹਾਂ ਅਤੇ ਹੁਣ ਗੱਡੀ ਧੋਣੇ ਆ ਹੈ ਅਤੇ ਫਿਰ ਕਰਦੇ ਹਾਂ ਵਲੋਗ ਦੀ ਐਂਡਿੰਗ ਵਲੋਗ ਤਾਂ ਬਣ ਗਿਆ ਵਧੀਆ ਜਿਹਾ ਤਾਂ ਮੈਂ ਚਾਹੁੰਦਾ ਗੱਡੀ ਹਾਂ ਨਹੀਂ ਕਰਦੀ ਹਜੇ ਪਹਿਲਾਂ ਇੱਥੋਂ ਹੀ ਉੱਠਦਾ ਜਾਂ ਉਹ ਕਰਨਾ ਪੈਂਦਾ ਮੁੰਡੇ ਉਹ ਗੱਡੀ ਤਾਂ ਧੋਦੀ ਸੀ ਅਤੇ ਆਪਣਾ ਮਿੱਤਰ ਆਇਆ ਦੇਖ ਕਿਉਂ ਜੋੜਨ ਲਾਈਟਾਂ ਮਾਰ ਦੇਣਾ ਏਅਰਪੋਰਟ ਠੀਕ ਆ ਕਹਿੰਦੇ ਫੋਨ ਨਹੀਂ ਲਿਆਂਦਾ ਤੇਰਾ ਲਿਆਤਾ ਫੋਨ ਕਿੱਥੇ ਗਿਆ ਘਰੇ ਹੋਰ ਅੱਛਾ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਇੱਕ ਹੋਰ ਨਵੇਂ ਵਲੌਗ ਦੇ ਨਾਲ ਬਾਏ ਬਾਏ।